ਕੁਝ ਬਦਮਾਸ਼ਾਂ ਦੇ ਵੱਲੋਂ ਗਲੀ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਇਹਨਾਂ ਬਦਮਾਸ਼ਾਂ ਨੇ ਗਲੀ ਦੇ ਵਿੱਚ ਗੱਡੀ ਤੇ ਕਈ ਗੇੜੇ ਮਾਰੇ। ਹਾਲਾਂਕਿ ਜਦੋਂ ਇਹ ਜਾਣ ਲੱਗੇ ਤਾਂ ਇਹਨਾਂ ਨੇ ਜਾਂਦੇ ਜਾਂਦੇ ਕਈ ਵਾਹਨਾਂ ਨੂੰ ਵੀ ਟੱਕਰ ਮਾਰੀ। ਜਦੋਂ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਗੱਡੀ ਦੇ ਵਿੱਚੋਂ ਨਿਕਲ ਕੇ ਗਾਲੀ ਗਲੋਚ ਕੀਤਾ। ਗਾਲੀ ਗਲੋਚ ਕਰਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਜੋ ਗਲੀ ਦੇ ਵਿੱਚ ਹੋਰ ਵਾਹਨ ਖੜ੍ਹੇ ਸੀ ਉਹਨਾਂ 'ਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਵਾਹਨ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਕੁਝ ਬਦਮਾਸ਼ਾਂ ਨੇ ਪਹਿਲਾਂ ਤਾਂ ਗਲੀ ਦੇ ਵਿੱਚ ਗੇੜੀਆਂ ਮਾਰੀਆਂ, ਫਿਰ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਗੁੱਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣੀ ਗੱਡੀ ਤੇਜ਼ ਭਜਾਈ ਅਤੇ ਕਈ ਵਾਹਨਾਂ ਨੂੰ ਟੱਕਰ ਮਾਰੀ। ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗਾਲੀ ਗਲੋਚ ਕੀਤਾ, ਗੱਡੀਆਂ ਭੰਨੀਆਂ, ਅਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਔਰਤਾਂ ਨੂੰ ਵੀ ਉਹਨਾਂ ਦੇ ਵੱਲੋਂ ਮੰਦਾ ਚੰਗਾ ਬੋਲਿਆ ਗਿਆ। ਭਾਈ ਆ, ਸਾਡੀ ਗਲੀ ਦੇ ਵਿੱਚ ਰੋਜ਼ ਡੇਲੀ ਦੇ ਦੋ ਤਿੰਨ ਗੇੜੇ ਹੈਗੇ, ਕੁਛ ਮੁੰਡੇ ਨਿਕਲਦੇ ਆ ਜੀ। ਆਹ ਦੇਖੋ ਸਾਈਡ 'ਤੇ ਸਾਡੀ ਗੱਡੀ, ਪਹਿਲਾਂ ਇੱਧਰੋਂ ਮਾਰ ਕੇ ਗਏ ਆ ਗੱਡੀ ਨੂੰ। ਅਸੀਂ ਕੋਸ਼ਿਸ਼ ਕੀਤੀ ਉਹਨੂੰ ਰੋਕਣ ਦੀ, ਅੱਗੇ ਜਾ ਕੇ ਅਸੀਂ ਜਾ ਕੇ ਉਹਨਾਂ ਦੀ ਗੱਡੀ ਰੋਕ ਲਈ ਅੱਗੇ। ਪਹਿਲਾਂ ਤਾਂ ਰੁਕੇ ਨਹੀਂ ਇੱਥੋਂ, ਅਸੀਂ ਬਹੁਤ ਹਾਕਾਂ ਮਾਰੀਆਂ ਅਤੇ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਗੱਡੀ ਸਪੀਡ ਨਾਲ ਲੰਘ ਗਏ। ਅੱਗੇ ਥੋੜ੍ਹਾ ਏਰੀਆ ਘੱਟ ਆ, ਉੱਥੇ ਜਾ ਕੇ ਅਸੀਂ ਉਹਨਾਂ ਦੀ ਗੱਡੀ ਰੋਕ ਲਈ ਅਤੇ ਅਸੀਂ ਕਿਹਾ ਵੀ ਯਾਰ ਭਾਈ ਤੁਸੀਂ ਗੱਡੀ ਮਾਰਤੀ, ਚਲੋ ਰੁਕੋ, ਤੁਸੀਂ ਗਲਤ ਕਰੋ। ਕਹਿੰਦਾ ਇਹ ਦੱਸੋ ਪਹਿਲਾਂ ਵੀ ਆਹ ਗਲੀ ਤੁਹਾਨੂੰ ਅਲਾਊਡ ਕਰ, ਸਰਕਾਰ ਅਲਾਊਡ ਕਰਦੀ ਵੀ ਗਲੀ 'ਚ ਗੱਡੀ ਖੜਾਉਣਾ। ਕਹਿੰਦਾ ਵੀ ਹੁਣ ਜਿੰਨੀਆਂ ਗੱਡੀਆਂ ਖੜ੍ਹਣਗੀਆਂ ਇੱਦਾਂ ਹੀ ਚੜ੍ਹ ਮੈਂ ਚੜ੍ਹਾਉਂਦਾ ਜਾਊਂਗਾ। ਅਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ, ਮੈਂ ਬਿਲਕੁਲ ਚੰਗੀ ਤਰ੍ਹਾਂ ਮੈਨੂੰ ਉਹਨੂੰ ਕਲੋਜ਼ ਗੱਲ ਕੀਤੀ ਆ, ਜਦਕਿ ਉਹਨਾਂ ਦੇ ਵਿੱਚ ਇੱਕ ਮੁੰਡਾ ਫਿਰ ਵੀ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੋ ਮੁੰਡੇ ਮਤਲਬ ਬਿਲਕੁਲ ਕਹਿ ਰਹੇ ਸੀਗੇ, ਇੱਕ ਨੇ ਤਾਂ ਮੇਰੇ 'ਤੇ ਮਤਲਬ ਬਾਅਦ 'ਚ ਉਹਨੂੰ ਇੰਨਾ ਹਾਈਪਰ ਕਰਤਾ, ਕਹਿੰਦਾ ਵੀ ਉੱਤੇ ਗੱਡੀ ਚੜ੍ਹਾ ਦੇ, ਸਾਡਾ ਇੱਕ ਪਰਜਾ ਹੋਰ ਦੇਖਿਆ ਜਾਊਗਾ। ਇਹ ਕੌਣ ਲੋਕ ਨੇ ਕੋਈ? ਇਹ ਮਤਲਬ ਇੱਥੇ ਦੇਖੇ ਜਾਂਦੇ, ਤਿੰਨ ਮਤਲਬ ਨਿਕਲਦੇ ਆ ਮੁੰਡੇ ਨੇਗੇ, ਮੇਰੇ ਖਿਆਲ ਨਾਲ ਨੇੜੇ ਦੇ ਮੁਹੱਲੇ ਦੇ ਨੇ, ਜ਼ਿਆਦਾ ਦੂਰ ਦੇ ਨਹੀਂ ਹੈਗੇ, ਸਾਹਮਣੇ ਗਲੀ 'ਚ ਰਹਿੰਦੇ। ਨਸ਼ੇ ਆਪਾਂ ਨਸ਼ੇ ਦੇ ਆਦੀ ਦੀ ਕਹਿ ਨਹੀਂ ਸਕਦੇ, ਬਟ ਅੱਜ ਇਸ ਟਾਈਮ ਨੇ ਇਹਨਾਂ ਨੇ ਦਾਰੂ ਪੀਤੀ ਸੀ, ਨਸ਼ੇ ਆਦੀ ਆਪਾਂ ਕਹਿ ਨਹੀਂ ਸਕਦੇ ਹੈਗੇ। ਹਾਂਜੀ, ਪੁਰਾਣੀ ਕੋਈ ਰੰਜਿਸ਼ ਨਹੀਂ ਹੈਗੀ ਜੀ, ਬਸ ਇਹੀ। ਉਸ ਤੋਂ ਬਾਅਦ ਮੇਰੀ ਮੰਮੀ ਨੇ ਵੀ ਉਹਨਾਂ ਨੂੰ ਬੁਲਾਇਆ ਅਤੇ ਇਹਨਾਂ ਦੀ ਮੰਮੀ ਦੀ ਵੀ ਬਾਂਹ ਉਹਨਾਂ ਨੇ ਬਕਾਇਦਾ ਮੋੜੀ ਆ, ਆਪਣੇ ਕੋਲ ਵੀਡੀਓ ਵੀ ਹੋਣਗੀਆਂ ਵੀ ਉਹਨਾਂ ਨੇ ਵੀ ਕੀ ਕੀਤਾ। ਪੁਲਿਸ ਬੁਲਾਈ, ਪੁਲਿਸ ਪਹਿਲਾਂ ਤਾਂ ਬਿਲਕੁਲ ਕੋਈ ਰਿਪਲਾਈ ਨਹੀਂ ਦਿੱਤਾ ਹੈਗਾ ਜੀ। ਫਿਰ ਉਹਨਾਂ ਨੂੰ ਮਤਲਬ ਕਿ ਦੁਬਾਰਾ ਉਹਨਾਂ ਨੇ ਇੱਕ ਪਰਸਨਲ ਨੰਬਰ ਦਿੱਤਾ ਪੁਲਿਸ ਹੈਲਪਲਾਈਨ 'ਤੇ, ਉਹਨਾਂ ਨੂੰ ਕਾਲ ਕੀਤਾ, ਕਹਿੰਦੇ ਯਾਰ ਭਾਜੀ ਆ ਰਹੇ ਹਾਂ ਅਸੀਂ, ਕਿਹੜਾ ਤੁਹਾਡੀ ਇਕੱਲੀ ਲੜਾਈ ਵਾਸਤੇ ਅਸੀਂ ਬੈਠੇ ਹਾਂ ਇੱਥੇ ਲਿਖਣ ਵਾਸਤੇ। ਉਹ ਆਏ, ਬਸ ਲਿਖ ਕੇ ਆਪਣੀ ਫੋਰਮੈਲਿਟੀ ਕਰਕੇ ਚਲੇ ਗਏ, ਆਪਣੀ ਫੋਰਮੈਲਿਟੀ ਕਰਕੇ ਚਲੇ ਗਏ। ਕਹਿੰਦੇ ਆ ਜਾਓ ਹੁਣ ਥਾਣੇ, ਅਸੀਂ ਆਪਾਂ ਦੇਖ ਲਾਂਗੇ ਅੱਗੇ ਕੁਛ। ਇਹ ਬਸ ਇਹ ਕੁਛ ਹੋ ਰਿਹਾ, ਘੱਟੋ ਘੱਟ 1.5 ਘੰਟੇ ਬਾਅਦ ਆਪਣੀ PCR ਆਈ ਆ। ਤੁਸੀਂ ਆਪਣੇ ਫੋਨ ਦੀ ਰਿਕਾਰਡਿੰਗਾਂ ਚੈੱਕ ਕਰ ਲਓ ਅਤੇ ਉਹਨਾਂ ਦੀ ਟਾਈਮਿੰਗ ਚੈੱਕ ਕਰ ਲਿਓ, PCR ਕਿਹੜੇ ਟਾਈਮ 'ਤੇ ਆਈ ਆ। ਉਹਨਾਂ ਨੂੰ ਪੁੱਛ ਲਓ ਵੀ ਤੁਸੀਂ ਕਿੰਨੇ ਟਾਈਮ 'ਤੇ ਰਿਪੋਰਟ ਲਿਖੀ ਆ। ਨੁਕਸਾਨ ਕੀ ਹੋਇਆ? ਨੁਕਸਾਨ ਆਹ ਦੇਖ ਸਕਦੇ ਤੁਸੀਂ, ਪ੍ਰੋਪਰ ਗੱਡੀ ਆਹ ਸ਼ੀਸ਼ਾ ਤੋੜਿਆ ਜੀ। ਹਾਂਜੀ, ਆਹ ਦੇਖ, ਆਹ ਇੱਥੋਂ ਦੇਖ ਸਕਦੇ ਹੋ ਤੁਸੀਂ, ਆਹ ਕੋਈ ਪ੍ਰੋਪਰ ਆਪਣੇ ਕੋਲ ਬਕਾਇਦਾ ਵੀਡੀਓ ਵੀ ਹੈਗੀਆਂ ਮੁੰਡੇ ਦੀਆਂ ਜੀ। ਆਹ ਮੰਗ ਕੀ ਕਰਦੇ ਹੋ ਤੁਸੀਂ? ਮੰਗ ਅਸੀਂ ਇਹ ਕਰਦੇ ਹਾਂ ਜੀ, ਸਾਨੂੰ ਇੱਦਾਂ ਦੇ ਮੁੰਡੇ ਨਹੀਂ ਚਾਹੀਦੇ ਗਲੀ ਦੇ ਵਿੱਚ, ਵੀ ਇਹਨਾਂ ਨੂੰ ਮਾਫ਼ੀ ਮੰਗਾਉਣਾ, ਸਜ਼ਾ ਵੀ ਦਿਵਾਉਣਾ ਚਾਹੁੰਦੇ ਹਾਂ ਪ੍ਰੋਪਰ, ਵੀ ਇਹਨਾਂ ਦੇ ਸਜ਼ਾ ਹੋਵੇ। ਕਿਹੜਾ ਮੱਲਾ ਜੀ ਕਿੱਥੇ ਹੋਇਆ? ਨਾਨਸਰ ਮੱਲਾ 6 ਨੰਬਰ ਗਲੀ। ਕੁਛ ਨਹੀਂ, ਮੈਂ ਸਾਹਮਣੇ ਬੈਠੀ ਹਾਂ। ਜਦੋਂ ਇੱਧਰੋਂ, ਹਾਂਜੀ ਜਦੋਂ ਇੱਧਰੋਂ ਨਿਕਲੇ ਨਾ, ਅਤੇ ਇੰਨੀ ਤੇਜ਼ ਗੱਡੀ ਨੂੰ ਨੰਗਾਈ, ਅਤੇ ਇੱਕਦਮ ਮਾਰੀ ਗੱਡੀ। ਜਦੋਂ ਮੈਂ ਭੱਜੀ, ਪੁੱਤਰ ਰੁਕੋ ਜਾ, ਪੁੱਤਰ ਰੁਕੋ ਜਾ, ਨਹੀਂ ਰੁਕੇ ਬੱਚੇ, ਉਹ ਸਕੂਟਰ ਲੈ ਕੇ ਉੱਥੇ ਪਹੁੰਚੇ, ਮੈਂ ਨਾਲ ਪਹੁੰਚੀ। ਮੈਂ ਕਿਹਾ ਪੁੱਤਰ ਤੁਸੀਂ ਗੱਲ ਤਾਂ ਸੁਣੋ, ਸਿੱਧੀਆਂ ਗੱਲਾਂ ਕੱਢਣ ਲੱਗੇ।
ਮੈਂ ਕਿਹਾ ਤੁਸੀਂ ਗਾਲਾਂ ਕਿਉਂ ਕੱਢਦੇ, ਤੁਸੀਂ ਬੱਚੇ ਵਰਦੇ ਆ। ਕਹਿੰਦੇ ਕੀ ਕਰੂਗੀ ਤੂੰ? ਮੈਂ ਕਿਹਾ ਕੰਨਾਂ ਕੀ ਆ, ਤੂੰ ਥੱਲੇ ਰੁਕ ਜਾ, ਤੂੰ ਜਾ ਕੇ ਗੱਡੀ ਤੋਂ ਦੇਖ ਲੈ। ਕਹਿੰਦਾ ਨਹੀਂ ਅਸੀਂ ਨਹੀਂ, ਅਸੀਂ ਤਾਂ ਜਾਣਾ ਹੈ। ਮੁੰਡਾ ਮੇਰੇ ਮੂਹਰੇ ਆਇਆ, ਕਹਿੰਦਾ ਜਾ ਤੇਰੇ ਮੁੰਡੇ ਨੂੰ ਮਾਰਾਂਗੇ, ਗੱਡੀ ਵੀ ਭੰਨਾਂਗੇ, ਤੂੰ ਉੱਥੇ ਆ ਜਾਈ, ਕਹਿੰਦੇ ਇਕੱਲੇ ਉੱਥੇ ਆ ਕੇ ਦੇਖਾਂਗੇ ਤੈਨੂੰ, ਦੇਖ ਲਾਂਗੇ ਥਾਣੇ ਦੇ ਵਿੱਚ ਆਪਣੀ। ਜਦੋਂ ਬੋਲਿਆ ਤਾਂ ਮੇਰੀ ਵੀ ਬਾਂਹ ਫੜੀ ਉੱਥੇ, ਇਹਨਾਂ ਦੇ ਉਹੀ। ਜਦੋਂ ਮੈਂ ਉੱਥੋਂ ਫਿਰ ਉੱਥੋਂ ਫਟਾਫਟ ਉਤਰ ਕੇ ਆਇਆ, ਬੱਚੇ ਸਾਰੇ ਨੇ ਬਚਾਇਆ ਮੁੰਡਾ, ਇਹ ਮੁਹੱਲੇ ਵਾਲੇ ਨਾ ਹੁੰਦੇ ਤਾਂ ਅੱਜ ਮੁੰਡਾ ਵੀ ਮਰ ਜਾਂਦਾ। ਗੱਡੀ ਉਹਨਾਂ ਨੇ ਉੱਪਰ ਬਿਲਕੁਲ ਚੜਾਉਣ ਦੀ ਕੋਸ਼ਿਸ਼ ਕੀਤੀ ਆ, ਫਿਰ ਮੁਹੱਲੇ ਵਾਲੇ ਨੇ